ਰੋਜ਼ਾਨਾ ਦੇਖਣ ਵਿੱਚ ਆਉਂਦਾ ਹੈ ਕਿ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ ਮਰੀਜ਼ ਦਵਾਈਆਂ ਲਈ ਤਰਲੇ ਲੈ ਰਹੇ ਹਨ, ਜਿਨ੍ਹਾਂ ਨੂੰ ਮਜਬੂਰ ਹੋ ਕੇ ਬਾਜ਼ਾਰ ਵਿੱਚੋਂ ਦਵਾਈਆਂ ਮੁੱਲ ਖਰੀਦਣੀਆਂ ਪੈ ਰਹੀਆਂ ਹਨ। ਡਰੱਗ ਵਿਭਾਗ ਦੀ ਟੀਮ ਨੇ ਇੱਕ ਨਿੱਜੀ ਹਸਪਤਾਲ ਉੱਤੇ ਕਾਰਵਾਈ ਕਰਕੇ ਸਰਕਾਰ ਵੱਲੋਂ ਭੇਜੀਆਂ ਦਵਾਈਆਂ ਬਰਾਮਦ ਕਰਕੇ ਹਸਪਤਾਲ ਦੀ ਪ੍ਰਬੰਧਕ ਡਾਕਟਰ ਰਿਤੂ ਸ਼ਰਮਾ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਅਤੇ ਸੀਨੀਅਰ ਸਹਾਇਕ ਦਿਨੇਸ਼ ਕੁਮਾਰ ਦੀ ਟੀਮ ਨੇ ਏਐਸਆਈ ਜਰਨੈਲ ਸਿੰਘ ਦੀ ਅਗਵਾਈ ਵਾਲੀ ਐਸਟੀਐਫ ਦੀ ਟੀਮ ਅਤੇ ਇੰਟੈਲੀਜੈਂਸ ਅਫਸਰ ਜੇਪੀ ਸਿੰਘ ਦੀ ਅਗਵਾਈ ਵਾਲੀ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨਾਲ ਮਿਲ ਕੇ ਪਿੰਡ ਬੁੱਟਰਾ ਕਾਲਾ ਬੱਕਰਾ ਭੋਗਪੁਰ ਵਿੱਚ ਚੱਲ ਰਹੇ ਇੱਕ ਨਿੱਜੀ ਹਸਪਤਾਲ ਉੱਤੇ ਛਾਪਾ ਮਾਰਿਆ। ਜਲੰਧਰ ਤੋਂ ਅਜੀਤ ਵੈੱਬ ਟੀਵੀ ਲਈ ਚਿਰਾਗ ਸ਼ਰਮਾ ਦੀ ਰਿਪੋਰਟ। ਹਾਂਜੀ ਮੈਡਮ, ਕੀ ਮਸਲਾ ਸੀਗਾ ਇਸ ਵਾਰ? ਜੀ ਐਕਚੁਲੀ ਅੱਜ ਅਸੀਂ ਸੀਕ੍ਰੇਟ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਇੱਥੇ ਬੁੱਟਰਾ ਪਿੰਡ ਦੇ ਵਿੱਚ ਇੱਕ ਹੋਸਪਿਟਲ ਚੱਲ ਰਿਹਾ ਜਿੱਥੇ ਕਿ ਜਿਹੜੀ ਗੌਰਮੈਂਟ ਸਪਲਾਈ ਹੈ ਪੰਜਾਬ ਗੌਰਮੈਂਟ ਦੀ ਉਹ ਸੇਲ ਕੀਤੀ ਜਾ ਰਹੀ ਹੈ ਮੈਡੀਸਨ ਦੀ। ਜੀ, ਅਤੇ ਉਸ ਵਿਹਾਵ 'ਤੇ ਅੱਜ ਡਰੱਗ ਇੰਸਪੈਕਟਰ ਦੀ ਟੀਮ ਐਂਡ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਮਿਸਟਰ ਜੇਪੀ ਸਿੰਘ ਜੀ, ਇੰਟੈਲੀਜੈਂਸ ਆਫਿਸਰ ਐਂਡ ਐਸਟੀਐਫ ਦੀ ਟੀਮ ਨੇ ਇੱਥੇ ਜੁਆਇੰਟ ਰੇਡ ਕੀਤੀ ਐਂਡ ਇੰਸਪੈਕਸ਼ਨ ਦੌਰਾਨ ਸ਼ਰਮਾ ਹੋਸਪਿਟਲ ਬੁੱਟਰਾ ਵਿੱਚ ਅਸੀਂ ਆਏ ਅਤੇ ਉੱਥੇ ਰਜਿਸਟਰਡ ਡਾਕਟਰ 'ਤੇ ਬੈਠੇ ਸੀ। ਬਟ ਚੈਕਿੰਗ ਦੌਰਾਨ ਅਸੀਂ ਨੋਟ ਕੀਤਾ ਕਿ ਇੱਥੇ ਕਾਫੀ ਸਾਰੀ ਪੰਜਾਬ ਗੌਰਮੈਂਟ ਸਪਲਾਈ ਦੀ ਮੈਡੀਸਨ ਜਿਹੜੀ ਹੈ ਸੇਲੇ ਰੱਖੀ ਹੋਈ ਸੀ, ਉਹ ਅਸੀਂ ਸਾਰੀ ਕਰਕੇ ਸੀਜ਼ ਕਰ ਲਈਏ ਅਤੇ ਹੁਣ ਅੱਗੇ ਅਸੀਂ ਕਾਰਵਾਈ ਲਈ ਕੰਸਰਨਡ ਏਰੀਏ ਦੇ SHO ਸਾਹਿਬ ਨੂੰ ਅੱਗੇ ਐਪਲੀਕੇਸ਼ਨ ਦੇ ਰਹੇ। ਮੈਡਮ, ਇੱਕ ਚੀਜ਼ ਦੱਸੋ ਕਿ ਜਿਹੜਾ ਇਹ ਹੋਸਪਿਟਲ ਚੱਲ ਰਿਹਾ ਜੀ, ਕੀ ਇਹ ਸਰਕਾਰੀ ਨਿਯਮਾਂ ਦੇ ਮੁਤਾਬਕ ਚੱਲ ਰਿਹਾ? ਜੀ, ਇੱਥੇ ਜਿਹੜੇ ਡਾਕਟਰ ਹੈਗੇ ਨੇ ਉਹਨਾਂ ਕੋਲ ਡਿਗਰੀ ਰਜਿਸਟਰਡ ਹੈਗੇ ਆ, ਉਹ BAMS ਹੈਗੇ ਨੇ। ਜੀ, ਜਿਹੜਾ ਇੱਕ ਗੌਰਮੈਂਟ ਇੰਪਲੋਈ ਆ ਔਰ ਈਵਨ ਹੈਲਥ ਡਿਪਾਰਟਮੈਂਟ ਨਾਲ ਕੰਸਰਨਡ ਫਾਰਮਾਸਿਸਟ ਨੇ ਮਿਸਟਰ ਅਸ਼ੋਕ ਸ਼ਰਮਾ ਜੀ, ਜਿਹੜੇ ਕਿ ਅੱਗੇ ਵੀ ਕਈ ਵਿਵਾਦਾਂ 'ਚ ਰਹੇ ਕਿ ਹੋਸਪਿਟਲ ਨੂੰ ਲੈ ਕੇ, ਉਹ ਇੱਕ ਫਾਰਮਾਸਿਸਟ ਹੋਣ ਦੇ ਨਾਲ ਨਾਲ ਕੀ ਉਹ ਹੋਸਪਿਟਲ ਚਲਾ ਸਕਦੇ ਨੇ ਐਜ਼ ਪਰ ਰੂਲ? ਨਹੀਂ, ਹੋਸਪਿਟਲ ਜਿਹੜੇ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਮੈਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਬਟ ਜਿਹੜਾ ਹੋਸਪਿਟਲ ਹੈ ਉਹਨਾਂ ਦੇ ਵਾਈਫ ਜਿਹੜੇ ਹੈਗੇ ਨੇ ਉਹ ਚਲਾ ਰਹੇ ਨੇ, ਉਹ BAMS ਨੇ ਐਂਡ ਉਹਨਾਂ ਕੋਲ ਰਜਿਸਟਰਡ ਡਿਗਰੀ।